ਕੀ ਬਣੂ ਤੇਰਾ ਉਨੀ ਜੁੱਤੀ ਦੇ ਉੱਤੇ ਪਾਲਿਸ਼ ਨਹੀਂ ਲਾਈ ਜਿੰਨੀ ਨਾਲੇ ਥੱਲੇ ਲਾਈ ਫਿਰਦਾ ਕਿੱਥੇ ਉਹ ਭਰਾਵਾ ਰੇਗ ਵਲੌਗ ਚ ਤੁਸੀਂ ਵਹਿੰਦੇ ਹੋ ਗਏ ਨੇ ਜਦੋਂ ਜਾਣਾ ਇਹਨੇ ਪਾਉਣੀ ਵੀ ਇਹੀ ਗੰਦੀ ਜੀ ਜੁੱਤੀ ਆ ਤੇਰੇ ਪਾਲਿਸ਼ ਤੂੰ ਬਣਾਉਣਾ ਹੀ ਉਦਣ ਹੀ ਜਿੱਦਣ ਮੈਂ ਇਹ ਪਾਉਣ ਲੱਗਦਾ ਵਾਂ ਤੇ ਤੂੰ ਪਾਲਿਸ਼ ਇਹ ਉਦਣ ਕਰਦਾ ਜਿੱਦਣ ਜਾਣਾ ਇਹਨੇ ਪਾ ਪਾਲਿਸ਼ ਇਹਨੇ ਉਦਣ ਕਰਨੀ ਹੁੰਦੀ ਇਹਨੇ ਤੇ ਮਾਮਾ ਦੂਜੇ ਭਰਾਵਾ ਪਹਿਲਾਂ ਕਰ ਥੋੜੀ ਕੀਤੀ ਆ ਪਹਿਲਾਂ ਕਰਕੇ ਰੱਖੀ ਦੀ ਹੁੰਦੀ ਟਾਈਮ ਦੇ ਟਾਈਮ ਥੋੜੀ ਪਾਲਿਸ਼ਾਂ ਕਰੀਦੀਆਂ ਹੁੰਦੀਆਂ ਬੂਟਾਂ ਨੂੰ ਪਹਿਲਾਂ ਮੇਰੀ ਸਲਾਹ ਦੂਸਰਿਆਂ ਦੀ ਸੀ ਤੇ ਕਿਨੇ ਕੱਪੜੇ ਟਾਈਮ ਦੇ ਟਾਈਮ ਮੰਮੀ ਨੇ ਪ੍ਰੈਸ ਕਰਕੇ ਜਾਂ ਬਾਹਰੋਂ ਪ੍ਰੈਸ ਕਰਕੇ ਆਏ ਵੀ ਹੁੰਦੇ ਪਰ ਫਿਰ ਵੀ ਇਹਨੇ ਆਪ ਕਰਨੇ ਹੁੰਦੇ ਇਹ ਦੂਜਿਆਂ ਤੇ ਟਰਸਟ ਨਹੀਂ ਕਰੀਦਾ ਹੁੰਦਾ ਮੈਨੂੰ ਜ਼ਿੰਦਗੀ ਨੇ ਸਿਖਾਤਾ ਹੈ ਹਾਂ ਵੇਖਿਆ ਡਾਇਲੌਗ ਜੱਟ ਦਾ ਹਾਂ ਅੰਮੀ ਆਈ ਚੱਲੇ ਜੀ ਜਦ ਦਿਹਾੜੀ ਤੇ ਪੁੱਛੇ ਮੈਂ ਪੁੱਛ ਨਹੀਂ ਨਾ ਗਾਲਾਂ ਕੱਢਣ ਤੋਂ ਇਲਾਵਾ ਕੁਝ ਕਹਿਣਾ ਹੋਵੇ ਤੇ ਕਹਿਣਾ ਹੈ ਟਾਈਮ ਨਾਲ ਆਉਣਾ ਜੀ ਓਕੇ ਬਾਏ ਲਵ ਯੂ ਜੇ ਚਾਰ ਵਜੇ ਮਗਰੋਂ ਆਏ ਤਾਂ ਪਤਾ ਕਰ ਲਿਓ ਜੇ ਹੁਣ ਆ ਗੇਟ ਨਾ ਹੋਲੀ ਚਾਰ ਵਜੇ ਤੋਂ ਮਗਰੋਂ ਆਏ ਸਭ ਤੋਂ ਪਹਿਲਾਂ ਤੇ ਜ਼ਰੂਰੀ ਕੰਮ ਆ ਨਾ ਜਿੰਨੇ ਕੋਲੋਂ ਸਾਰ ਨਹੀਂ ਸਕਦਾ ਜਿੱਥੇ ਮਰਦੀ ਜਾਣਾ ਮੈਂ ਪਹਿਲਾਂ ਇੱਥੇ ਹਾਜ਼ਰੀ ਲਵਾਉਣੀ ਪੈਂਦੀ ਆ ਕਿਆ ਮਹਿੰਗਾ ਤੇਲ ਹੈ ਵੀਰ ਜੀ ਇਹਨਾਂ 105 ਰੁਪਏ ਹੈ ਫੁੱਲ ਕਰਦੇ ਆ ਉੱਥੇ ਜਿਹੜੇ ਵੇਲਾ 105 ਰੁਪਏ ਨਹੀਂ ਛੱਤੀ हाँ जी सत श्री अकाल जी सारे नूं ते तुहाडा वेलकम आ तुहाडे अपने यूट्यूब चैनल नाव हैप्पी पुलर दे विच उम्मीद करदे आ सारे ने ठीक ठाक होवोगे ते आप ऑलवेज घैंट ही घैंट आ हुण तां आप घैंट ही घैंट आ पर चक्कर पता की आ मैनूं समझ नहीं आउंदी मैं उत्थे जाण दा चा करांगे इत्थों जाण दा ओह अफसोस मनावां हैना जे उत्थे जाके किसे नूं मिलणा ते इत्थों विछड़ना वी आ सो ਹੁਣ ਜਿਵੇਂ ਜਿਵੇਂ ਦਿਨ ਲੱਗ ਹੀ ਜਾਂਦੇ ਕੰਮ ਵਿੱਚ ਵਿਚਾਰੇ ਜਿਹਾ ਫਸਿਆ ਜਾ ਫਿਰਦੀ ਕੁੰਡੀ ਅਤੇ ਕਿੱਦਾਂ ਫਿਰ ਵਧੀਆ ਵਧੀਆ ਠੀਕ ਠਾਕ ਨਿਆਰੀ ਨਿਆਰੀ ਚਾਹੀਦੇ ਨੇ ਅਤੇ ਅੱਜ ਸਭ ਤੋਂ ਪਹਿਲੀ ਤਾਂ ਇਹ ਨਿਊਜ਼ ਆ ਹਨਾ ਕਿ ਆਪਾਂ ਟਿਕਟ ਵੀ ਕਰਵਾ ਚੁੱਕੇ ਹਾਂ ਅਤੇ ਟਿਕਟ ਦੱਸ ਦਈਏ ਕਿੰਨੇ ਤਰੀਕ ਦੀ ਕਰਵਾਈ ਆ ਅਗਲੇ ਵਲੋਗ 'ਚ ਦੱਸਣਾ ਅਗਲੇ ਵਲੋਗ 'ਚ ਦੱਸਣਾ ਅਗਲੇ ਵਲੋਗ 'ਚ ਦੱਸਣਾ ਰਹੀ ਹੁਣ ਨਹੀਂ ਦੱਸਣਾ ਅਤੇ ਸਭ ਤੋਂ ਪਹਿਲੀ ਚੀਜ਼ ਸਬਸਕ੍ਰਾਈਬ ਕਰੋ ਸੋਸ਼ਲ ਮੀਡੀਆ ਬਾਕੀ ਸਾਰੇ ਅਕਾਊਂਟ ਵਗੈਰਾ ਦੇ ਲਿੰਕਸ ਵੀ ਦਿੱਤੇ ਹੋਏ ਨੇ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਇੱਥੇ ਯੂਜ਼ਰ ਨੇਮ ਵਗੈਰਾ ਵੀ ਆਉਂਦੇ ਹੋਣੇ ਆ ਜਲਦੀ ਜਲਦੀ ਜਾਓ ਇੰਸਟਾਗ੍ਰਾਮ ਸਨੈਪਚੈਟ 'ਤੇ ਫੋਲੋ ਕਰੋ ਯਾਰ ਸਬਸਕ੍ਰਾਈਬ ਕਰੋ ਜੋ ਵੀ ਹੁੰਦਾ ਹੈ ਅਤੇ ਅੱਜ ਆਪਾਂ ਚੱਲੇ ਹਾਂ ਜਲੰਧਰ ਨੂੰ ਜਲੰਧਰ ਨੂੰ ਕਿਵੇਂ ਹੈ ਨਾ ਪਹਿਲੀ ਤਾਂ ਗੱਲ ਹੈ ਨਾ ਮੈਂ ਜਿੱਦਾਂ ਜਲੰਧਰ ਮੈਂ ਪੜ੍ਹਿਆ ਨਾ ਡੀ ਏ ਵੀ ਕਾਲਜ ਤੋਂ ਅਤੇ ਸੋਖਣਾ ਡਿਗਰੀਆਂ ਉੱਥੇ ਹੀ ਪਈਆਂ ਨੇ ਜਦੋਂ ਤਾਂ ਪਾਸ ਆਊਟ ਹੋਇਆ ਅਤੇ ਜਿੰਨੀਆਂ ਕੁ ਡਾਕ ਰਹੀ ਘਰ ਆ ਗਈਆਂ ਉਹ ਆ ਗਈਆਂ ਬਾਕੀ ਉੱਥੇ ਪਈਆਂ ਲੋੜ ਹੀ ਨਹੀਂ ਪਈ ਕਦੀ ਲਿਆਉਣ ਦੀ ਹੁਣ ਲੋੜ ਪੈ ਰਹੀ ਹੈ ਅਤੇ ਹੁਣ ਆਪਾਂ ਚੱਲੇ ਹਾਂ ਉਹ ਡਿਗਰੀਆਂ ਨੂੰ ਲੈਣ ਪਹਿਲਾਂ ਤਾਂ ਆਪਾਂ ਜਾਵਾਂਗੇ ਕਾਲਜ ਨੂੰ ਜਾਵਾਂਗੇ ਹੁਣ ਪੜ੍ਹਿਆ ਨਹੀਂ ਗਾਲੀਆਂ ਹੀ ਨੇ ਇੰਨੇ ਵੀ ਅਤੇ ਨਹੀਂ ਮੇਰੇ ਵੀਰੋ ਮੈਂ ਪੜ੍ਹਿਆ ਮੈਂ ਬਹੁਤ ਪੜ੍ਹਿਆ ਮੈਂ ਇੰਨਾ ਕੁ ਪੜ੍ਹਿਆ ਮੈਂ ਇੰਨਾ ਕੁ ਪੜ੍ਹਿਆ ਮੈਂ ਪੜ੍ਹ ਪੜ੍ਹ ਕੇ ਅੱਕ ਚੁੱਕਾ ਹੁਣ ਮੈਂ ਗਾਂ ਫਿਰ ਪੜ੍ਹਿਆ ਨਹੀਂ ਅਤੇ ਹਾਂ ਅਤੇ ਅੱਜ ਆਪਾਂ ਉਹ ਲੈਣ ਚੱਲੇ ਹੈ ਨਾ ਅਤੇ ਇੱਕ ਦੋ ਪੁਰਾਣੇ ਬੇਲੀਆਂ ਨੂੰ ਵੀ ਮਿਲਾਂਗੇ ਅਤੇ ਉਸ ਤੋਂ ਬਾਅਦ ਹੈ ਨਾ ਇੱਕ ਹੋਰ ਜਿਹੜਾ ਮੇਨ ਕੰਮ ਆ ਹੈ ਨਾ ਕਿ ਆਪਾਂ ਜਾਣਾ ਤਲਨ ਸਾਹਿਬ ਗੁਰਦੁਆਰੇ ਹੈ ਨਾ ਅਤੇ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਉੱਥੇ ਮੈਂ ਕੀ ਹੈ ਨਾ ਕਿ ਉੱਥੇ ਹੁਣ ਜਾਣਾ ਕਿਉਂ ਜ਼ਰੂਰੀ ਹੈ ਨਾ ਕਿ ਜਿੱਦਾਂ ਆਪਾਂ ਜਹਾਜ਼ ਵਗੈਰਾ ਸੁੱਖਣਾ ਸੁੱਖਦੇ ਹੁੰਦੇ ਹਾਂ ਨਾ ਜਾਂ ਘਰ ਦੇ ਜਾਂ ਆਪਾਂ ਜੋ ਵੀ ਆ ਕਿ ਵੀਜ਼ਾ ਆ ਜੇ ਇੱਥੇ ਜਹਾਜ਼ ਚੜ੍ਹਾ ਕੇ ਜਾਵਾਂਗੇ ਹੈ ਨਾ ਕੁਛ ਅਤੇ ਸੋ ਅੱਜ ਆਪਾਂ ਉੱਥੇ ਚੱਲੇ ਹਾਂ ਉੱਥੇ ਮੱਥਾ ਟੇਕਾਂਗੇ ਪਹਿਲਾਂ ਹੈ ਨਾ ਨਹੀਂ ਪਹਿਲਾਂ ਆਪਾਂ ਕਾਲਜ ਜਾਵਾਂਗੇ ਕਾਲਜ 'ਚੋਂ ਡਿਗਰੀਆਂ ਫੜਾਂਗੇ ਅਤੇ ਫਿਰ ਆਪਾਂ ਡਿਗਰੀਆਂ ਨਹੀਂ ਸੋਰੀ ਡਿਗਰੀ ਫੜਾਂਗੇ ਇੰਨਾ ਜ਼ਿਆਦਾ ਵੀ ਨਹੀਂ ਮੈਂ ਪੜ੍ਹਿਆ ਡੀ ਐਮ ਸੀਆਂ ਫੜਾਂਗੇ ਆਪਾਂ ਅਤੇ ਕਰ ਨੂੰ ਐਮ ਏ ਛੱਡ ਕੇ ਆਪਾਂ ਜੋ ਮਰਜ਼ੀ ਕਰ ਲੈਂਦੇ ਕਿਉਂ ਵੀ ਮਤਲਬ ਅਤੇ ਫਿਰ ਇੱਕ ਦੋ ਚੀਜ਼ਾਂ ਨਾ ਜਲੰਧਰੋਂ ਲੈਣੀਆਂ ਨੇ ਫਿਰ ਆਪਾਂ ਉਹ ਵੀ ਪਿੱਕ ਕਰਾਂਗੇ ਅਤੇ ਜਾਂਦੇ ਹਾਂ ਅੱਗੇ ਅੱਗੇ ਗਾੜੀ ਗਾੜੀ ਅਤੇ ਵਹਿੰਦੇ ਹਾਂ ਕੀ ਹੁੰਦਾ ਹੈ ਨਾ ਐਵੇਂ ਇੱਥੇ ਨਾ ਬੋਰ ਹੋ ਜਾਓ ਕਿਤੇ ਅਤੇ 14 ਮਿੰਟਾਂ ਦਾ ਮਿਲਦਾ ਮੈਂ ਇੱਥੇ ਹੀ ਲੈ ਗਿਆ ਵਲੋਗ ਜਾਂ ਐਡੇ ਲੰਬੇ ਲੰਬੇ ਤਾਂ ਬਣਾਉਣੇ ਨਹੀਂ ਚਾਹੀਦੇ ਹੈ ਨਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਸਾਰਿਆਂ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਘੈਂਟ ਘੈਂਟ 'ਚ ਵਲੋਗ ਆਉਣ ਲੱਗੇ ਨੇ ਮੇਰੇ ਚੈਨਲ ਨੂੰ ਵੀ ਕਰ ਲਓ ਅਤੇ ਨਹੀਂ ਗੱਲ ਇਹਦੇ ਚੈਨਲ ਨੂੰ ਤਾਂ ਕਰਨਾ ਹੀ ਨਹੀਂ ਨਾ ਬੇਸ਼ੱਕ ਇਹਦਾ ਨਾਂ ਅਨਮੋਲ ਭੁੱਲਰਾ ਚੈਨਲ ਦਾ ਨਾਂ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਹੈਗਾ ਤੁਸੀਂ ਸਬਸਕ੍ਰਾਈਬ ਨਹੀਂ ਕਰਨਾ ਜੰਮੂ ਸ਼ੁਕਰ ਰਹਿੰਦਾ ਫੋਨ ਆਇਆ ਕਿਤੇ ਅਗਲਾ ਕੈਮਰਾ ਕਰ ਤੇ ਕੈਮਰੇ 'ਚ ਤੈਨੂੰ ਸੰਗ ਆਉਂਦੀ ਹੈ ਸਾਰਿਆਂ ਤੋਂ ਜ਼ਰੂਰੀ ਟੂਲ ਟੈਕਸ ਤੇ ਆਪਣਾ ਨਾਂ ਚੱਲਦਾ ਆਪਾਂ ਇੱਕ ਵੀ ਰੁਪਈਆ ਨਹੀਂ ਦਿੰਦੇ ਇੱਥੇ ਕਿਉਂਕਿ ਸਾਡਾ ਨਾਂ ਚੱਲਦਾ ਮੇਰੇ ਵੀਰੋ ਨਾਂ ਨਹੀਂ ਮੇਰਾ ਨਾਂ ਚੱਲਦਾ ਵੀਰੇ ਓਹੇ ਇਹ ਦੇਖੋ ਆਪਣ ਕਾ ਨਾਂ ਚੱਲਦਾ ਹੈ ਇਹ ਕਹਿੰਦਾ ਮੈਂ ਅੱਜ ਫੁਗਰੀ ਮਾਰ ਰਹੀ ਹਾਂ ਮਾਂ ਤੂੰ ਮਾਰ ਰਾਜ ਕੇ ਫੁਗਰੀ ਮਾਰ ਅੱਜ ਮੈਂ ਦਿਆਲੂ ਹੋਇਆ ਮੈਂ ਬੜਾ ਖੁਸ਼ ਹੋਇਆ ਹਾਂ ਮੈਂ ਅੱਜ ਬੜਾ ਹੀ ਜ਼ਿਆਦਾ ਖੁਸ਼ ਹਾਂ ਮੈਂ ਜ਼ਿੰਦਗੀ 'ਚ ਕਦੀ 1 ਰੁਪਈਆ ਟੂਲ ਟੈਕਸ ਵਾਲਿਆਂ ਨੂੰ ਨਹੀਂ ਦਿੱਤਾ ਨਹੀਂ 1 ਹੀ ਦਿੱਤਾ 1 ਹੀ ਦਿੱਤਾ ਆਈਡੀ ਕਾਰਡ ਹੁੰਦਾ ਹੈ ਤੇ ਸਾਡੇ ਕੋਲ ਉਹ ਨਹੀਂ ਸੀ ਹੈਗਾ ਤੇ ਅਸੀਂ ਤਾਂ ਕਰਕੇ ਉਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਟੂਲ ਟੈਕਸ ਦਿੱਤਾ ਸੀ ਬੜਾ ਦੁੱਖ ਲੱਗਾ ਬੜਾ ਦੁੱਖ ਲੱਗਾ 300 ਰੁਪਈਆ ਦਿੱਤਾ ਸੀ ਮੈਂ 300 ਰੁਪਏ 300 ਨਹੀਂ 350 ਅੰਮ੍ਰਿਤਸਰ ਰੋਡ ਤੇ ਅੰਮ੍ਰਿਤਸਰ ਰੋਡ ਤੇ ਕੀ ਦਿੱਤੇ ਸੀ ਵੈਲਕਮ ਟੂ ਜਲੰਧਰ
ਮੇਰਾ ਮਹਾਨ ਕਾਲਜ ਮਹਾਨ ਮਹਾਨ ਹੈ ਨਾ ਆਹ ਭੱਜ ਭੱਜ ਪੇਪਰ ਲੰਘ ਗਿਆ ਪੇਪਰ ਲੰਘ ਗਿਆ ਆਪਾਂ ਗਾਉਣ ਜਾਂਦੇ ਪਹਿਲਾਂ ਆਪਾਂ ਫੋਟੋ ਕਾਪੀਆਂ ਕਢਾ ਕੇ ਲਿਆਉਣੀਆਂ ਰਿਜ਼ਲਟ ਦੀਆਂ ਕਿਉਂ ਪਹਿਲਾਂ ਫੋਟੋ ਕਾਪੀਆਂ ਹੀ ਮੰਗਦੇ ਆ ਕਮਾਲ ਹੋ ਗਈ ਤੇ ਔਨਲਾਈਨ ਇਹਨਾਂ ਤੋਂ ਚੈੱਕ ਵੀ ਨਹੀਂ ਹੁੰਦਾ ਕੰਪਿਊਟਰ ਕੋਲ ਰੱਖਣ ਸਲਾਹ ਦੇ ਗਈ ਅੱਜ ਉਹਨਾਂ ਨੂੰ ਓਕੇ ਸਰ ਇਹ ਤਾਂ ਪਹੁੰਚ ਚੁੱਕੇ ਪਰ ਉਹਨਾਂ ਨੇ ਉਹਦਾ ਡੀਐਮਸੀਆਂ ਨਹੀਂ ਦੇਣੀਆਂ ਹੈ ਨਾ ਪਹਿਲਾਂ ਆਪਾਂ ਨੂੰ ਫੋਟੋਕਾਪੀਆਂ ਕਢਾਉਣੀਆਂ ਪੈਣੀਆਂ ਇਹ ਕਢਾ ਲਿਆ ਪਰ ਮੈਂ ਤੁਹਾਨੂੰ ਵਿਖਾਉਣਾ ਨਹੀਂ ਕਿਉਂਕਿ ਨੰਬਰ ਕੁਛ ਜ਼ਿਆਦਾ ਹੀ ਆਏ ਆ ਮੇਰੇ ਵਿਖਾ ਦਈਏ ਨਹੀਂ ਕੁਛ ਜ਼ਿਆਦਾ ਨੰਬਰ ਆਉਣਾ ਤਾਂ ਕਰਕੇ ਨਹੀਂ ਵਿਖਾਉਣਾ ਮੇਰੇ ਨਹੀਂ ਨੰਬਰ ਐਂ ਤਾਂ ਬੜਿਆ ਵਾਧੂ ਪਰਸੈਂਟੇਜ ਆ ਗਈ ਆ ਮੇਰੀ 33% ਤੋਂ ਉੱਤੇ ਆ ਗਏ ਇੰਨੀ ਕੁ ਪਰਸੈਂਟੇਜ ਆ ਗਈ ਦੋ ਜਣੇ ਹੋਰ ਪਾਸ ਹੋ ਸਕਦੇ ਸੀ ਮੇਰੇ ਨਾਲ ਬਾਕੀ ਆਪਣੇ ਹਿਸਾਬ ਲਾ ਲਓ ਦੋ ਤਿੰਨ ਰਗੜੇ ਗਏ ਹੋ ਗਈ ਪੇਟ ਪੂਜਾ ਵੇਲਾ ਜਿਹੜੇ ਵੀ ਕੋਈ ਕਮੀ ਹੁੰਦੇ ਓਏ ਲੈ ਜਿਹੜੇ ਕੋਈ ਕਮੀਆਂ ਨੇ ਨਹੀਂ ਵੀਰੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਨੂੰ ਹੌਲੀ ਜਿਹੇ ਬੋਲਿਆ ਚੱਲ ਹੁਣ ਗੱਡੀ ਸਿੱਧੀ ਪਰਲੇ ਗੇਟ ਦੇ ਅੱਗੇ ਲੈ ਲਿਆ ਮਿੱਤਰਾ ਕਾਲੇ ਦੇ ਪਰਲਾ ਗੇਟ ਉਹ ਪਰੇ ਕੁੜੀਆਂ ਵਾਲੇ ਗੇਟ ਅੱਗੇ ਮਤਲਬ ਆਪਾਂ ਨੂੰ ਐਂਟਰੀ ਉਹਨਾਂ ਉੱਥੋਂ ਹੀ ਦੇਣੀ ਹੈ ਆਪਣੇ ਕੋਲ ਕਿਹੜਾ ਹੁਣ ਆਈਡੀ ਕਾਰਡ ਹੈ ਕਾਲੇ ਦੇ ਹਾਂ ਵਾਹ ਸੋ ਚੱਲਿਆ ਵੀ ਬਣ ਗਏ ਇੱਥੇ ਕਿਆ ਬਾਤ ਹੈ ਕਿਆ ਬਾਤ ਹੈ ਇਹ ਕੀ ਚੱਕਰ ਬਣ ਗਿਆ ਇੱਕ ਮਿਲ ਗਈ ਯਾਰ ਇੱਕ ਸਮੈਸਟਰ ਦੀ ਮਿਲੀ ਨਹੀਂ ਕਹਿੰਦੇ ਤੁਹਾਡੀ ਹਜੇ ਇੱਕ ਦੀ ਹਜੇ ਆਈ ਨਹੀਂ ਲਿਆ ਮੈਂ ਨੰਬਰ ਨਾ ਯਾਰ ਤੇ ਆਪਣਾ ਕਾਲਜ ਮਹਾਨ ਵੇਲਾ ਕੀ ਇਹ ਵੀ ਪੰਗਾ ਜਿਹਾ ਹੀ ਆ ਕਿਆ ਬਾਤ ਹੈ ਮੇਰੇ ਵੀਰੇ ਕਿਆ ਬਾਤ ਸਾਡਾ ਕਾਲਜ ਇਹ ਫਰੈਂਡਸ ਕਲੋਨੀ ਇੱਥੇ ਕੋਠੀ ਲਈ ਹੋਈ ਇੱਥੇ ਰਹਿੰਦੇ ਸੀ ਚੇਤੇ ਆਉਂਦੇ ਨੇ ਜਾ ਕੇ ਆਉਣਾ ਉਹਦੇ ਸਾਈਡ ਪਰ ਟਾਈਮ ਦੀ ਸ਼ੋਰਟੇਜ ਆ ਵੈਰੀ ਵੈਰੀ ਹੈਰੀ ਡਾਨ ਕੀ ਹਾਲ ਵੀਰ ਜੀ ਵਧੀਆ ਵਧੀਆ ਵੀਰ ਜੀ ਆਂਟੀ ਦੋ ਦੇ ਦੋ ਕਿੰਨੇ ਪੈ ਆਂਟੀ ਕੋਈ ਨਹੀਂ ਮਿਲਾ ਦੀਏ ਕਿਵੇਂ ਹੈ ਰੀ ਹੈਲੋ ਹਾਏ ਕਰੋਗੇ ਹੈਲੋ ਹਾਏ ਸਾਡੇ ਵਲੌਗ 'ਚ ਵੀ ਲਾਓਗੇ ਰੰਗ ਰੌਕ ਕੀ ਆਉਂਦੇ ਹੁੰਦੇ ਹਨ ਰੌਣਕ ਮੇਲਾ ਸਾਰੇ ਬਿਠਾ ਕੇ ਲੈ ਜਾਓ ਇਹ ਆਪਣਾ ਕਾਲਜ ਵਾਲਾ ਬੇਲੀ ਚਾਹ ਆਪਾਂ ਲੈ ਲਿਆ ਤੇ ਦੋ ਲੈਣ ਦਾ ਵੀ ਕੋਈ ਸੀਨ ਆ ਵੀ ਚੱਲ ਆਪਾਂ ਬਾਅਦ 'ਚ ਦੱਸਾਂਗੇ ਦੋ ਕਿਹੜੀ ਕਿਲੋ ਲਏ ਇੱਥੇ ਬਈ ਆ ਨਾਲੇ ਆ ਫਿਲਟਰ ਚ ਵੀ ਆ ਇੱਥੇ ਆ ਜਿਹੜਾ ਕੀ ਕਹਿੰਦੇ ਇਹਨੂੰ ਆਹ ਜਿਹੜੀਆਂ ਚੀਜ਼ਾਂ ਨੇ ਮੈਂ ਵਿਆਹ ਵਰਿਆ ਬੰਦਾ ਵੀਰੇ ਮੈਨੂੰ ਨਾ ਘੁਮਾਉਣ ਪੁੱਠੀਆਂ ਸਿੱਧੀਆਂ ਥਾਵਾਂ ਤੇ ਦੰਦ ਤੇ ਸਮਾਈਲ ਲਾਈ ਤੇ ਮੱਥਾ ਆਪਾਂ ਟੇਕ ਗਏ ਆ ਤੇ ਹੁਣ ਆਪਾਂ ਮਾਡਲ ਡਾਊਨ ਥੋੜੀ ਸ਼ੋਪਿੰਗ ਕਰ ਲਈਏ ਪਤਾ ਕਿਵੇਂ ਲੱਗੂ ਮੁੰਡਾ ਕੈਨੇਡਾ ਚੱਲਾ ਕਿਉਂ ਹੈ ਰੀ ਚਾਹੀਦੀ ਆ ਨਾ ਇਹ ਕੰਮ ਪਹਿਲੇ ਨੰਬਰ ਤੇ ਬਾਕੀ ਨਹੀਂ ਪਹਿਲੇ ਨੰਬਰ ਤੇ ਮਹਾਰਾਜ ਦਾ ਨਾਂ ਲੈਣਾ ਹਨਾ ਆਪਾਂ ਲੈ ਆਏ ਹੁਣ ਇਹ ਆ ਇਹ ਸਭ ਤੋਂ ਵੱਡਾ ਕੰਮ
ਜਿੱਤੋਂ ਬਿਨਾਂ ਗਤੀ ਹੈ ਨਹੀਂ। ਸਹੀ ਗੱਲ। ਕਿੰਨਾ ਨੰਬਰ ਹੈ ਵੀਰੇ? 42 ਭਾਜੀ। 8? ਹਾਂਜੀ 7 ਹੋਣਾ ਯਾਰ। ਕਾਹਦਾ ਫੋਨ ਕਰਨਾ ਹੈ? ਠੀਕ ਹੈ 7 ਦਾ ਮੋਦੀ 7 ਹੀ ਆਉਣਾ। ਕਾਮੀ ਕਹਿ ਰਹੇ ਤੁਸੀਂ सोना लगू पीस पा के वेख मजाक नी पर बाहर ये सोहनी चीज लगती है तुम क्यों नहीं मानते अनपढ़ो लोगो। चल गए कार्ड ही कर लगे पास चल रहा है गूगल पे मेरा दूजे कार्ड में तो मित्रों जलंधरों आप वापस हो गए एक दो होर बिल्लियां मिल मुल लिया है उन्होंने तो अच्छी ब्लॉग वगैरह नहीं तो शूट किया तो होर भी एक दो काम से फोन के कार्ड कूड जो लेने से फोन के कार्ड कवर मैं सुनिया उधर महंगे बड़े मिलते मैं सुनिया उतों $10,000 तक कार्ड ही आता है मैं क्यों ना आप इधरों ही अरेंज करके ले जाइए। सो फोन के कार्ड हो गए कवर हो गए इतना एक्सेसरी थोड़ी बहुत कि जिंद मेरा साल का कम का चल ही कि जिन्ना चेर फोन नहीं चेंज करते उन्ना चेर कम चल जाए। सो एक्सेसरी वगैरह ले आती है तो हम आप जलंधरों बाहर निकल आया खा पी भी लिया आप घर तुरी जाने तो टाइम हो गया 6:15 हो गए 6:30 तो अद्धे रस्ते के हजे तुम कुछ बोलना चाहोगे आप मुड़ना इतों आना हाँ इतों थले लत नहीं है लो मित्रों ये बड़ी वॉशरूम है उ हूँ आप कर देना बहर लॉक वेट कर दे तेरे तो तोते उड़ गए ने शदाइया लॉक हो नी खुला है किवें तोते उड़े कि नहीं दूसरी का बनया जी अपने आम फाइबर जी आहो मैं हाय गुरुआ पतंदर चंगी रीझा ला ला खिंचन दिया मैं उस वे मैं कुंडी खोली खुलन भी नहीं डी एक चक्कर बन गया मैं पहला मेरे एक दम दिमाग च आया महल है मैं भैन च फोन भी अनमोल कर फिर मैं उसे मैं जो कुंडी कर चेता आया घड़ी बनी मां इन्हे पतंदर ने मां चल फोन तो ला लूंगा इन्हें पतंदर ने की ना लेंदे बुआ तोड़ देना ही उन्होंने खिच खिच नहीं महां लो किड़े साहब ना हो गया मैं कुंडी खोलती की चक्कर बनया है ओ गुरा हैगा भी अंदर सारा बंद गया ही बंदे नु और जई होन लग पैंदा अंदर सिरा ही चलो भाई मित्रों लो भी मित्रों फाइनली पहुंच चुके हैं घरे नहीं रहा जी मैं तुम की अपने 4 बजे तक आ गई
चार बजे तो पहला आ गए रख दे रहे पता नहीं कच्चे गलास च पानी लिया कर साडे लई गट्टां पुट्टां वाले इहो जी हुंदे ने एडे नहीं स्कीम हाँ जी तो यही अपना छोटा जा ब्लॉग है ना कि जिमें आप भी सुखा है घर का भी सुखा है तलन साहब गुरुद्वारा साहब जहाज चढ़ा के आना सो वीज़ा आए तो बाद सो आप चढ़ा के आए अज जहाज तो एक मैं डिग्रियां लैन डिग्रियां मेरे मुँह डिग्रियां नहीं लिया तो डिग्री लैन गया है उनके भी एक सर्टिफिकेट मैं मिले नहीं सिक्स सन का मेरे छेवें सेमेस्टर का मैंने मेरा सर्टिफिकेट दिता नहीं उन्होंने ना ही उन्होंने दी डिग्री हूँ पता नहीं की बनना की नहीं कहें नैक्सट मंथ मैं यही दसा नैक्सट मंथ तक तो जट सर टिकट आप करा ली है वो तुम दस चुके हैं किन्नी तरीक की कराई वह तुम नहीं दस चुके को ना दस दस है कहना महा उन्हें दस कि तरीक की कराई दस दिए नहीं कोई नहीं कल वाले ब्लॉग दसना कल वाले ब्लॉग दसना यार मैं हूँ तू जो मूँह एक बार कड़ता ना सियाने कहते एक बार मूँह क्ढी गल फिर नहीं लड़ गई ओए तू इनवेटर भी चलिया करो बड़ी गर्मी हो तो मेक श्योर सारे ने सबसक्राइब किया होना सो जे भी अपने नवे जुड़े आ जिन्हें जिन्हें नहीं किया जल्दी जल्दी सबसक्राइब करो यार बैल बैल आइकन प्रेस करो यार तो सोशल मीडिया के है लिंक लूंक भी डिस्क्रिप्शन के है इंस्टाग्राम स्नैपचैट सो सारे ने जल्दी जल्दी जाके उन्होंने भी मारो उन्होंने बटन करो उन्होंने प्रेस से फॉलो करो तो चलो ठीक है ये अपना छोटा जहा ब्लॉग है ना हम ब्लॉग बैक टू बैक ही आने काफ़ी सारे सो मेक श्योर सबसक्राइब करके रखे होगा सारे चैनल क्योंकि चार पाँच ब्लॉग बने पे है ना एडिटिंग किए पे पर मैं सॉरी वो हजे पा नहीं सकता वो पै जाने मतलब उन्हें चेर तो पै ही जाने इन्हें तो मतलब कि इन्हें तो पहला ने हजे वो तो बने कि इन्हें तो पहला हजे चार पाँच ब्लॉग बने पे वो मैं हजे पा नहीं सकता है ना पै चुके हैं हूँ तो जो तुम ब्लॉग देखते हो सारे ब्लॉग पै चुके हैं सो चले चलो ठीक है तो भी इंटरेस्टिंग इंटरेस्टिंग कैंट कैंट दे चलो ठीक है मिलते हैं नेक्स्ट ब्लॉग में टाटा मतलब कि रिंग लाइट रख के कैमरा लाइव होने हैं रिंग लाइट ऑन करके लाइव होइए मतलब कि एडजस्ट हो जाऊगा ना उधर ते हैप्पी हाँ जी तो ये ब्लॉग दे विच मैं तुम लास्ट दे आई तो सुना सच कह रही थी ओ सॉरी बता दी काफी डिमांड आती पी एयरपोर्ट ब्लॉग की थोड़े जे बने पे ब्लॉग पहले मैं वो पा लो फिर आप एयरपोर्ट ब्लॉग से इतों की ब्लॉगिंग कंटिन्यू करते पे फिर आप स्टार्ट करा सो थोड़ी जी वेट करो मैं लगता बस चार पाँच ब्लॉग होर रह गए फिर एयरपोर्ट ब्लॉग ही आना है सो मैं ट्राई करता कि रोज़ का एक एक ब्लॉग पा दिया करिए एडिटिंग ऑन करनी बहुत औखी है सो कोई ना जिन्हें पुराने ब्लॉग पे आ जल्दी एयरपोर्ट ब्लॉग आऊगा बट पहला मैंने सारे जो पहले पे क्लीयर कर दो यार सारा कुछ फिर सीरीज वाइज फिर मतलब कि बस हफ्ते सारा काम स्टेबल हो जाएगा सो स्टे ट्यून बेल आइकन प्रेस कर लो तो ये तेन पता लग गया जल्दी ब्लॉग चलो ठीक है टाटा बाय थैंक यू सो मच पूरा ही नहीं होने देता चल दोबारा कर लो मन नहीं मैं कहना ओके बाय जी थैंक यू बाय